बहुत मदे सी पंजाब दे जिन्हां ते असीं गलबात कीती है और कुछ गल्लां जिहड़ियां हुंदियां वा ओह गल्लां कर ली दियां पर उह डिस्कलोज़ नहीं कीतियां जा सकदियां। 2.5 घंटे हुई मीटिंग पर बैठक बाद 2.5 मिनट भी ना बोले अमृतपाल। जथेदार श्री अकाल तख्त साहब ज्ञानी हरप्रीत सिंह अते अमृतपाल सिंह दी मुलाकात हुई है। बंद कमरे च 2.5 घंटे चली इस मीटिंग दी टाइमिंग ते सवाल ने, क्योंकि अजे तक अजनाला हिंसा बाद मर्यादा बाबत बनाई कमेटी दी रिपोर्ट तो आई नहीं, पर उस तो पहला अमृतपाल सिंह जथेदार श्री अकाल तख्त साहब नु मिलन पहुंच गए। हालांकि अमृतपाल सिंह ने इस मुलाकात नु आम मेल जोल करार दिता है, पर सवाल इसलिए हो रहे ने क्योंकि अजनाला च गुरु ग्रंथ साहब नु टाल बना के थाने जान दे मसले ते अमृतपाल सिंह ते सियासी तरह सवाल खड़े कर रहियां ने। इस मुद्दे ते मर्यादा दी गल ते पहला तां अकाल तख्त साहब दे जथेदार ने स्थिति स्पष्ट नहीं कीती सी, पर जदों सियासी तरह सने पंजाब पुलिस ने गुरु ग्रंथ साहब जी दी आड़ च पुलिस ते हमला करन दे इल्जाम अमृतपाल सिंह दे समर्थकां ते लाए तां आखिर जथेदार साहब नु कमेटी बनाउणी ही पई। कमेटी ये मंथन कर रही है कि गुरु ग्रंथ साहब जी नु मुजारियां दौरान सुभायमान कीता जा सकदा है या फिर नहीं। जथेदार श्री अकाल तख्त साहब वल्लों सब कमेटी दा गठन कीता गया सी। जथेदार वल्लों बनाई कमेटी रोस मुजारियां धरनियां ते कब्जे वालियां थावां जिथे श्री गुरु ग्रंथ साहब जी दे मान सन्मान नु ठेस पहुंचण दा खदशा होवे उन्हां थावां ते गुरु ग्रंथ साहब जी नु सुभायमान करन बाबत विचार कर रही है ते कमेटी कोल 15 दिनां दा वक्त है। कमेटी रिपोर्ट 5 सिंह साहिबान नु भेजेगी। कमेटी दी रिपोर्ट दे आधार ते ही फैसला लिया जाएगा। कमेटी दी रिपोर्ट अजे आई नहीं, पर अमृतपाल सिंह जथेदार कोल आ गए। हुण इह स्पष्ट है कि बिना जथेदार दी सहमति दे इह मुलाकात मुमकिन नहीं सी। इसलिए सवाल इह वी कि जिस शख्स ते लगे इल्जामां दी जांच जथेदार वल्लों बनाई कमेटी कर रही है, उसे शख्स नु रिपोर्ट देण तों पहलां जथेदार दे इउं मिलण दे की मायने निकलदे ने। ਉਹ ਕਮੇਟੀ ਆਪਣਾ ਕੰਮ ਕਰੂਗੀ। ਜਿਹੜਾ ਮਸਲਾ ਆ ਨਾ, ਅਸੀਂ ਜਥੇਦਾਰ ਸਾਹਿਬ ਨੂੰ ਪਹਿਲੀ ਵਾਰ ਮਿਲੇ ਹੈ, ਹੈ ਸਾਡੀ ਪਹਿਲੀ ਆਉਣ ਤੋਂ ਬਾਅਦ ਕਦੇ ਮੁਲਾਕਾਤ ਨਹੀਂ ਹੋਈ, ਅੱਜ ਸਬਾਬੀ ਮੁਲਾਕਾਤ ਹੋਈ ਹੈ। ਸੋ ਮੈਨੂੰ ਲੱਗਦਾ ਵੀ ਇਹਨੂੰ ਇਹ ਮੁੱਦਾ ਨਹੀਂ ਬਣਾਉਣਾ ਚਾਹੀਦਾ ਵੀ ਗੱਲਬਾਤ ਸਾਡੀ, ਵੈਸੇ ਹੀ ਉੱਥੇ ਪੰਥ ਦੇ ਵਿਚਾਰਾਂ ਹੋਈਆਂ, ਜੋ ਪੰਥਕ ਵਿਚਾਰਾਂ ਉਹਨੇ ਦੇ ਰਹੇ, ਜੋ ਸਾਡੀ ਰਹੇ ਉਹਦੇ 'ਤੇ ਗੱਲਬਾਤ ਹੋਈ ਕੋਈ ਦਿਨ। ਜਿਹੜੀ 2.5 ਘੰਟੇ ਗੱਲਬਾਤ ਹੋਈ ਮੀਟਿੰਗ ਚੱਲੀ, ਉਸ ਵਿੱਚ ਇੱਕ ਵੀ ਗੱਲ ਨਹੀਂ ਹੋਈ ਅਜਨਾਲਾ ਦੀ ਘਟਨਾ ਨੂੰ ਲੈ ਕੇ? ਨਹੀਂ, ਉਹਦੇ 'ਚ ਕੋਈ ਫਾਰਮਲ ਗੱਲਾਂ ਬਾਤਾਂ ਹੋਈਆਂ, ਕਿਉਂਕਿ ਜਦੋਂ ਕਮੇਟੀ ਬਣ ਜਾਂਦੀ ਹੈ ਨਾ ਕਿਸੇ ਚੀਜ਼ ਦੀ, ਉਹ 'ਚ ਪ੍ਰੀ ਡਿਸਕਸ਼ਨ ਕਾਹਦੀ ਕਰਨੀ ਆਪਾਂ? ਹਾਂ, ਉਹ ਕਮੇਟੀ ਦਾ ਕੋਈ ਮੈਂਬਰ ਵੀ ਉਸ ਮੌਜੂਦ ਆ? ਉਹ ਅਜਨਾਲਾ ਦੀ ਘਟਨਾ ਨੂੰ ਸਪੈਸਿਫਿਕ ਲੈ ਕੇ ਨਹੀਂ ਬਣੀ, ਉਹ ਕਮੇਟੀ ਆਲ ਓਵਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਨੂੰ ਲੈ ਕੇ ਬਣੀ ਹੈ ਵੀ ਕਿੱਥੇ ਕਿੱਥੇ ਹੋ ਸਕਦਾ ਕਿੱਥੇ ਨਹੀਂ। ਉਹ ਕਮੇਟੀ ਜਿਹੜਾ ਗੱਲਬਾਤ ਹੋਊਗੀ ਉਹ 'ਚ ਅੱਗੇ ਇਨਵੈਸਟੀਗੇਸ਼ਨ ਹੋਊਗੀ, ਸਾਰਾ ਕੁਝ ਹੋਊਗਾ। ਉਹ ਮੈਨੂੰ ਲੱਗਦਾ ਵੀ ਉੱਥੇ ਰਹਿਣ ਦੇਣਾ ਚਾਹੀਦਾ ਮਸਲੇ ਨੂੰ। ਅੰਮ੍ਰਿਤਪਾਲ ਦੀ ਦਲੀਲ ਆਪਣੀ ਥਾਂ ਹੈ, ਪਰ ਸਵਾਲ ਤਾਂ ਇਹ ਹੀ ਉੱਠੇਗਾ ਕਿ ਆਖਿਰ ਕਮੇਟੀ ਦੀ ਰਿਪੋਰਟ ਤੋਂ ਪਹਿਲਾਂ 2.5 ਘੰਟੇ ਹੋਈ ਇਸ ਮੀਟਿੰਗ ਦੇ ਮਾਇਨੇ ਕੀ ਨੇ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ 'ਚ ਅਜਨਾਲਾ ਥਾਣੇ ਦੇ ਬਾਹਰ ਜੋ ਵਾਪਰਿਆ ਉਸ ਤੇ ਅਕਸਰ ਮਰਿਆਦਾ ਦੀ ਦੁਹਾਈ ਦੇਣ ਵਾਲਿਆਂ ਨੇ ਕੁਝ ਕਹਿਣਾ ਜ਼ਰੂਰੀ ਨਾ ਸਮਝਿਆ, ਜਦੋਂ ਕਿ ਉਹ ਸਭ ਜਾਣਦੇ ਨੇ ਕਿ ਮਰਿਆਦਾ ਕੀ ਹੁੰਦੀ ਹੈ, ਕਿੱਥੇ ਤੋੜੀ ਗਈ ਹੈ। ਪਰ ਫਿਰ ਵੀ ਧਾਰਮਿਕ ਨੁਮਾਇੰਦਿਆਂ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੁਝ ਖੁੱਲ੍ਹ ਕੇ ਨਹੀਂ ਬੋਲਿਆ। ਇਸ ਲਈ ਖਾਸ ਕਰਕੇ SGPC ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮੁੱਦੇ ਤੇ ਸਪਸ਼ਟਤਾ ਨਾ ਦੇਣ ਤੇ ਸਵਾਲ ਉੱਠ ਰਹੇ ਨੇ। ਇਸ ਲਈ ਸਿਆਸੀ ਤਰ੍ਹਾਂ ਇਸ ਮਸਲੇ ਨੂੰ ਸਦਨ 'ਚ ਚੁੱਕਣ ਦੀ ਵੀ ਤਿਆਰੀ ਕਰ ਰਹੀਆਂ ਨੇ। ਕੀ ਪੰਜਾਬ ਦੇ ਲੋਕਾਂ ਦੀ ਐਕਸਪੈਕਟੇਸ਼ਨਸ ਗਿਆਨੀ ਹਰਪ੍ਰੀਤ ਸਿੰਘ ਕੋਲ ਤੇ ਕੀ ਐਕਸਪੈਕਟੇਸ਼ਨਸ, ਕੀ ਰੋਲ ਗੁਰਦੁਆਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਣਾ ਚਾਹੀਦਾ ਸੀ ਇਹਦੇ 'ਚ, ਉਹ ਸਾਰੀਆਂ ਗੱਲਾਂ ਉਦੋਂ ਕੀਤੀਆਂ ਜਾਣਗੀਆਂ। ਅਜਨਾਲਾ 'ਚ ਹਿੰਸਾ ਹੁੰਦੀ ਹੈ ਤੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਕੀ ਅੰਮ੍ਰਿਤਪਾਲ ਸਿੰਘ ਵੱਲੋਂ ਥਾਣੇ ਦੇ ਕੰਪਲੈਕਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਠੀਕ ਸੀ ਜਾਂ ਫਿਰ ਨਹੀਂ। ਇਸ ਘਟਨਾ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੋਈ ਸਪਸ਼ਟ ਬਿਆਨ ਨਹੀਂ ਸੀ ਆਇਆ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਕਮੇਟੀ ਬਣਾ ਦਿੱਤੀ ਸੀ। ਪਰ ਸਵਾਲ ਇਹ ਹੀ ਕਿ ਕਮੇਟੀ ਦੇ ਮੰਥਨ ਦੇ ਦੌਰਾਨ ਅਤੇ ਰਿਪੋਰਟ ਆਉਣ ਤੋਂ ਪਹਿਲਾਂ ਇਸ 2.5 ਘੰਟੇ ਦੀ ਬੰਦ ਕਮਰਾ ਮੀਟਿੰਗ ਦੀ ਲੋੜ ਕੀ ਸੀ, ਇਸ ਦੇ ਮਾਇਨੇ ਕੀ ਨੇ, ਇਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ।